ਤੁਸੀਂ ਵੀ ਕ੍ਰਿਸਮਸ ਤੇ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਅੱਜ ਦਾ ਸ਼ੋਅ ਜ਼ਰੂਰ ਦੇਖੋ। ਟੂਰਿਸਟ ਵੀਜ਼ਾ ਕੈਨੇਡਾ ਕ੍ਰਿਸਮਸ ਵੇਲੇ ਲੈਣ ਦੇ ਕੀ ਫਾਇਦੇ ਨੁਕਸਾਨ ਨੇ, ਉਦੋਂ ਫਲਾਈਟਸ ਦਾ ਕੀ ਸਿਨਾਰੀਓ ਹੁੰਦਾ ਹੈ, ਬਹੁਤ ਜ਼ਿਆਦਾ ਰਸ਼ ਹੁੰਦਾ ਹੈ, ਕੀ ਵੀਜ਼ਾ ਉਸ ਵੇਲੇ ਖੁੱਲ੍ਹੇ ਦਿਲ ਨਾਲ ਮਿਲਿਆ ਜਾਵੇ, ਇਹ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ। ਸਨੇਹਾ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਕ੍ਰਿਸਮਸ ਦੇ ਟਾਈਮ ਤੇ ਫੈਸਟੀਵਲ ਸੀਜ਼ਨ 'ਚ ਨਿਊ ਈਅਰ ਮੌਕੇ ਟੂਰਿਸਟ ਵੀਜ਼ਾ ਅਪਲਾਈ ਕਰਨਾ, ਕਿਹਦੇ ਫਾਇਦੇ ਨੁਕਸਾਨ ਕੀ? ਸਰ ਦੇਖੋ ਇਹਦਾ ਕਾਫੀ ਫਾਇਦਾ ਹੈਗਾ ਵਾ। ਇੱਕ ਤਾਂ ਪਹਿਲੀ ਗੱਲ ਕਿ ਕੈਨੇਡਾ ਦਾ ਮਲਟੀਪਲ ਵੀਜ਼ਾ ਹੈਗਾ, ਜਿੰਨੀ ਤੁਹਾਡੀ ਪਾਸਪੋਰਟ ਤੇ ਵੈਲਿਡਿਟੀ ਹੁੰਦੀ ਆ ਉਹਨਾਂ ਵੀਜ਼ਾ ਮਿਲਦਾ। ਔਰ ਕ੍ਰਿਸਮਸ ਨਿਊ ਈਅਰ ਇੱਕ ਇੱਦਾਂ ਦਾ ਪਰਪਸ ਆਫ ਵਿਜ਼ਿਟ ਸਟਰੋਂਗ ਆ, ਸਪੈਸ਼ਲੀ ਉਹਨਾਂ ਲਈ ਜਿਹਨਾਂ ਕੋਲ ਸਪੋਂਸਰ ਨਹੀਂ ਹੈਗੀ ਆ, ਕਿਉਂਕਿ ਸਪੋਂਸਰ ਤੇ ਪੂਰੇ ਸਾਲ ਸਾਡੇ ਕੋਲ ਰੀਜ਼ਨ ਹੁੰਦਾ ਹੈ ਘੁੰਮਣ ਜਾਣ ਦਾ, ਕਿ ਸਾਡੇ ਰੈਲੇਟਿਵ ਦਾ ਵਿਆਹ ਹੈਗਾ ਜਾਂ ਬਰਥਡੇ ਪਾਰਟੀ ਹੈਗੀ ਆ, ਉਹਨਾਂ ਨੇ ਸਾਨੂੰ ਬੁਲਾਇਆ ਹੈਗਾ ਵਾ। ਬਟ ਜਿਹਨਾਂ ਕੋਲ ਸਪੋਂਸਰ ਨਹੀਂ ਹੁੰਦੀ ਤੇ ਕ੍ਰਿਸਮਸ ਨਿਊ ਈਅਰ ਇੱਕ ਵਾਕਈ ਟੂਰਿਜ਼ਮ ਨੂੰ ਅਪਰੋਚ ਕਰਦਾ ਵਾ। ਸੋ ਜਿਹੜੇ ਵਿਦਆਊਟ ਸਪੋਂਸਰ ਕਰਨਾ ਚਾਹੁੰਦੇ ਆ ਉਹ ਕ੍ਰਿਸਮਸ ਨਿਊ ਈਅਰ ਨੂੰ ਜ਼ਰੂਰ ਅਪਲਾਈ ਕਰਨ, ਐਂਡ ਮੋਰ ਓਵਰ ਤੁਹਾਡਾ ਇੱਕ ਰੀਜ਼ਨ ਬਣਦਾ ਕਿ ਅਸੀਂ ਕਿਉਂ ਘੁੰਮਣ ਚੱਲੇ ਹਾਂ। ਐਂਡ ਮੋਰ ਓਵਰ ਉੱਧਰ ਦੀਆਂ ਇੰਗਲਿਸ਼ ਕੰਟਰੀਜ਼ ਇਹਨੂੰ ਸੈਲੀਬ੍ਰੇਟ ਵੀ ਬਹੁਤ ਕਰਦੀਆਂ ਵਾ। ਨੋ ਡਾਊਟ ਹੁੰਦਾ ਇੰਡੀਆ 'ਚ ਵੀ ਬਹੁਤ ਸੈਲੀਬ੍ਰੇਸ਼ਨਸ ਹੁੰਦੀਆਂ, ਬਟ ਉੱਥੇ ਇੱਕ ਸਪੈਸ਼ਲ ਸੈਲੀਬ੍ਰੇਸ਼ਨਸ ਹੈਗੀਆਂ ਵਾ। ਐਂਡ ਮੋਰ ਓਵਰ ਜਿਹਨਾਂ ਨੇ ਆਪਣੀ ਫੈਮਿਲੀ ਦੇ ਨਾਲ ਕਰਨਾ ਉਸ ਟਾਈਮ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ। ਦੇਖੋ ਦੋਨੋਂ ਚੀਜ਼ਾਂ ਇਕੁਅਲ ਹੋ ਗਈਆਂ ਕਿ ਇੱਧਰ ਸਾਡੇ ਇੰਡੀਆ 'ਚ ਛੁੱਟੀਆਂ ਵੀ ਹੈਗੀਆਂ ਔਰ ਅਸੀਂ ਘੁੰਮਣ ਜਾਣਾ ਹੈ ਕ੍ਰਿਸਮਸ ਨਿਊ ਈਅਰ 'ਤੇ। ਸੋ ਕਾਫੀ ਚਾਂਸਿਸ ਹੁੰਦੇ ਆ, ਬਟ ਇਹ ਹੈਗਾ ਕਿ ਉਹਨੂੰ ਟਾਈਮ ਸਿਰ ਅਪਲਾਈ ਕਰੋ, ਕਿਉਂਕਿ ਅਸੀਂ ਅਕਟੂਬਰ ਦੇ ਮਿਡ ਵਿੱਚ ਹੈਗੇ ਹਾਂ ਤਾਂ ਫਾਈਲ ਤੁਸੀਂ ਲੈ ਕੇ ਆਓਗੇ, ਅੰਬੈਸੀ ਲਾਂਚ ਹੋਏਗੀ, ਰਿਜ਼ਲਟ ਆਏਗਾ। ਹਾਂ ਉਸ ਤੋਂ ਬਾਅਦ ਤੁਹਾਡੀ ਚੁਆਇਸ ਹੈਗੀ ਆ ਕਿ ਅਗਰ ਤਾਂ ਤੁਸੀਂ ਵਾਕਈ ਜਾਣਾ ਚਾਹੁੰਦੇ ਹੋ, ਕਿਉਂਕਿ ਕੈਨੇਡਾ 'ਚ ਇੱਦਾਂ ਨਹੀਂ ਆ ਕਿ ਤੁਹਾਡਾ ਵੀਜ਼ਾ ਆ ਗਿਆ ਤਾਂ ਤੁਹਾਨੂੰ ਉਦੋਂ ਹੀ ਲੈਂਡ ਕਰਨਾ। ਅਗਰ ਤੁਸੀਂ ਵਾਕਈ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਟਲਸ ਦੀ ਬੁਕਿੰਗਸ ਵੀ ਪਹਿਲੇ ਤੋਂ ਕਰਨੀਆਂ ਪੈਣਗੀਆਂ, ਜਾਂ ਟਿਕਟਸ ਇਕਨੋਮਿਕਲੀ ਮਿਲ ਜੂਗੀ ਅਗਰ ਤੁਸੀਂ ਟਾਈਮ ਸਿਰ ਕਰਦੇ ਹੋ। ਬਟ ਵੈਸੇ ਤਾਂ ਬਹੁਤ ਹੀ ਥੋੜ੍ਹਾ ਟਾਈਮ ਰਹਿ ਗਿਆ ਵਾ, ਹੱਦ 15-20 ਦਿਨ ਤੱਕ ਹੀ ਅਸੀਂ ਕ੍ਰਿਸਮਸ ਨਿਊ ਈਅਰ ਪਲਾਨ ਲਾ ਸਕਦੇ ਹਾਂ, ਉਸ ਤੋਂ ਬਾਅਦ ਅਸੀਂ ਉਹ ਪਲੈਨਿੰਗ ਨਹੀਂ ਲਗਾ ਸਕਦੇ। ਸੋ ਜੇ ਤੁਸੀਂ ਵੀ ਕ੍ਰਿਸਮਸ ਜਾਂ ਨਿਊ ਈਅਰ ਦੇ ਨੇੜੇ ਜਾਣਾ ਚਾਹੁੰਦੇ ਹੋ, ਆਪਣੇ ਟੂਰਿਸਟ ਵੀਜ਼ਾ ਨੂੰ ਲੈ ਕੇ ਕੋਈ ਵੀ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ, ਵੀਜ਼ਾ ਆਫਿਸ ਦੀ ਟੀਮ ਨੂੰ ਤੁਸੀਂ ਕਾਲ ਕਰ ਸਕਦੇ ਹੋ, ਅਪਾਇੰਟਮੈਂਟ ਬਣਾ ਸਕਦੇ ਹੋ, ਮਿਲ ਸਕਦੇ ਹੋ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ।